ਪਿਆਰੇ ਵਿਦਿਆਰਥੀਓ, ਤੁਹਾਡਾ ਅੱਜ ਦੀ ਕਲਾਸ ਦੇ ਵਿੱਚ ਸਵਾਗਤ ਹੈ। ਅੱਜ ਆਪਾਂ 9th ਕਲਾਸ ਦੀ ਇੰਗਲਿਸ਼ ਗ੍ਰੈਮਰ ਦਾ ਚੈਪਟਰ 5 ਸਿੰਪਲ ਐਂਡ ਕੰਪਲੈਕਸ ਸੈਂਟੈਂਸਿਸ ਨੂੰ ਡਿਸਕਸ ਕਰਾਂਗੇ ਅਤੇ ਜਾਣਾਂਗੇ ਕਿ ਇਸ ਚੈਪਟਰ ਦੇ ਵਿੱਚ ਸਾਡੇ ਲਈ ਕੀ ਇੰਪੋਰਟੈਂਟ ਹੈ ਤੇ ਕਿਹੜੀਆਂ ਗੱਲਾਂ ਦਾ ਆਪਾਂ ਧਿਆਨ ਰੱਖਣਾ ਹੈ। ਪਿਆਰੇ ਵਿਦਿਆਰਥੀਓ, ਜਿਵੇਂ ਕਿ ਆਪਾਂ ਜਾਣਦੇ ਹਾਂ, ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ, ਕਿ ਟਾਈਪਸ ਆਫ ਸੈਂਟੈਂਸ ਕਿੰਨੇ ਤਰ੍ਹਾਂ ਦੇ ਹੈ। ਟਾਈਪਸ ਆਫ ਸੈਂਟੈਂਸ ਜਿਹੜੇ ਹੈ ਇਹ ਆਪਣੀ ਇੰਗਲਿਸ਼ ਗ੍ਰੈਮਰ ਦੇ ਵਿੱਚ ਫੋਰਮਸ ਆਫ ਸੈਂਟੈਂਸ ਜਿਹੜੇ ਹੈ ਉਹ ਕਈ ਤਰ੍ਹਾਂ ਦੇ ਹੈ। ਜਿਵੇਂ 5 ਤਰ੍ਹਾਂ ਦੀ ਫੋਰਮਸ ਹੁੰਦੀ ਹੈ ਇੱਕ ਸੈਂਟੈਂਸ ਦੀ, ਜਦਕਿ ਸੈਂਟੈਂਸ ਦੇ ਪ੍ਰਕਾਰ ਜਿਹੜੇ ਹੈ ਉਹ 3 ਹੈ। ਜਿਵੇਂ ਆਪਣਾ ਪਹਿਲਾ ਇਹ ਹੋ ਗਿਆ ਸਿੰਪਲ ਸੈਂਟੈਂਸ, ਦੂਜਾ ਆਪਣਾ ਹੋ ਗਿਆ ਕੰਪਾਊਂਡ ਸੈਂਟੈਂਸ, ਤੀਜਾ ਆਪਣਾ ਕੰਪਲੈਕਸ ਸੈਂਟੈਂਸ। ਸਭ ਤੋਂ ਪਹਿਲਾਂ ਆਪਾਂ ਜਾਣਾਂਗੇ ਕਿ ਸਿੰਪਲ ਸੈਂਟੈਂਸ ਕੀ ਹੈ। ਸਿੰਪਲ ਸੈਂਟੈਂਸ ਦੀ ਪਰਿਭਾਸ਼ਾ ਕੀ ਹੈ, ਕਿਹਨੂੰ ਕਹਿੰਦੇ ਆਪਾਂ ਸਿੰਪਲ। ਅ ਸਿੰਪਲ ਸੈਂਟੈਂਸ ਵਿਚ ਹੈਜ਼ ਓਨਲੀ ਵਨ ਸਬਜੈਕਟ ਐਂਡ ਵਨ ਪ੍ਰੈਡੀਕੇਟ ਇਸ ਨੋਨ ਐਜ ਸਿੰਪਲ ਸੈਂਟੈਂਸ। ਸਿੰਪਲ ਵਾਕ ਉਹ ਵਾਕ ਹੁੰਦਾ ਹੈ ਜਿਸ ਵਾਕ ਦੇ ਵਿੱਚ ਇੱਕ ਸਬਜੈਕਟ ਹੋਵੇ ਅਤੇ ਇੱਕ ਵਰਬ ਹੋਵੇ। ਜਿਵੇਂ ਆਪਾਂ ਦੇਖਦੇ ਹਾਂ, ਮਾਈ ਸਿਸਟਰ ਵਰਕਸ ਵੈਰੀ ਹਾਰਡ, ਮਾਈ ਸਿਸਟਰ ਸਬਜੈਕਟ ਹੋ ਗਿਆ ਅਤੇ ਵਰਕਸ ਜਿਹੜੀ ਹੈ ਉਹ ਇੱਕ ਵਰਬ ਹੋ ਗਈ ਹੈ, ਕਿਉਂਕਿ ਜਿਹੜੀ ਪ੍ਰੈਡੀਕੇਟ ਹੈ ਇਹ ਪਾਰਟ ਪ੍ਰੈਡੀਕੇਟ ਪਾਰਟ ਹੈ, ਇਸ ਕਰਕੇ ਇਹਦੇ ਵਿੱਚ ਜਿਹੜੀ ਵਰਬ ਯੂਜ਼ ਕੀਤੀ ਗਈ ਹੈ ਇਸ ਵਰਬ ਨੂੰ ਆਪਾਂ ਪ੍ਰੈਡੀਕੇਟ ਵਰਬ ਹੀ ਕਵਾਂਗੇ। ਤਾਂ ਸਿੰਪਲ ਵਾਕ ਜਿਹੜਾ ਹੈ ਉਹਦੇ ਵਿੱਚ ਇੱਕ ਸਬਜੈਕਟ ਹੋਵੇਗਾ ਅਤੇ ਇੱਕ ਵਰਬ ਹੋਵੇਗੀ ਅਤੇ ਉਹ ਬਿਲਕੁਲ ਸੁਤੰਤਰ ਹੋਵੇਗਾ ਤੇ ਉਸ ਨੂੰ ਆਪਾਂ ਕਵਾਂਗੇ ਸਿੰਪਲ ਸੈਂਟੈਂਸ। ਉਸ ਤੋਂ ਬਾਅਦ ਆ ਜਾਂਦਾ ਹੈ ਆਪਣਾ ਕੰਪਾਊਂਡ ਸੈਂਟੈਂਸ। ਕੰਪਾਊਂਡ ਸੈਂਟੈਂਸ ਜਿਹੜਾ ਹੈ ਉਹ ਦੋ ਸਿੰਪਲ ਵਾਕਾਂ ਤੋਂ ਮਿਲ ਕੇ ਬਣਦਾ ਹੈ। ਜੇ ਆਪਾਂ ਇੱਥੇ ਦੇਖ ਸਕਦੇ ਹਾਂ ਕਿ ਕੰਪਾਊਂਡ ਸੈਂਟੈਂਸ ਜਿਹੜਾ ਹੈ, ਕੰਪਾਊਂਡ ਸੈਂਟੈਂਸ ਇਜ਼ ਕੰਪੋਜ਼ਡ ਆਫ ਟੂ ਔਰ ਮੋਰ ਕੋਆਰਡੀਨੇਟ ਕਲੋਜ਼। ਕਲੋਜ਼ ਤੋਂ ਕੀ ਭਾਵ ਹੈ ਬੇਟਾ, ਕਲੋਜ਼ ਜਿਹੜਾ ਪਾਰਟ ਹੈ ਇਹ ਉਹ ਪਾਰਟ ਹੈ, ਇਹ ਇੱਕ ਵਾਕ ਹੀ ਹੁੰਦਾ ਹੈ ਜਿਸ ਨੂੰ ਆਪਾਂ ਉਪਵਾਕ ਕਹਿ ਸਕਦੇ ਹਾਂ। ਇਹ ਵਾਕ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਇਹਦਾ ਜਦੋਂ ਤੱਕ ਕਿਸੇ ਦੂਜੇ ਵਾਕ ਦੇ ਨਾਲ ਆਪਾਂ ਇਸ ਨੂੰ ਨਹੀਂ ਜੋੜਦੇ ਉਦੋਂ ਤੱਕ ਇਹਦਾ ਆਪਦਾ ਕੰਪਲੀਟ ਮੀਨਿੰਗ ਨਹੀਂ ਹੁੰਦਾ, ਇਹ ਫ੍ਰੀ ਸੈਂਟੈਂਸ ਨਹੀਂ ਹੁੰਦਾ, ਇਹ ਕਿਸੇ ਦੇ ਨਾਲ ਅਟੈਚ ਹੋ ਕੇ ਹੀ ਆਪਣਾ ਮੀਨਿੰਗ ਜਿਹੜਾ ਹੈ ਉਹ ਕਲੀਅਰ ਕਰਦਾ ਹੈ। ਕੰਪਾਊਂਡ ਸੈਂਟੈਂਸ ਦੇ ਵਿੱਚ ਦੋ ਸਿੰਪਲ ਵਾਕ ਹੋ ਸਕਦੇ ਹੈ ਜਾਂ ਜੋ ਦੋ ਤੋਂ ਵੱਧ ਵੀ ਵਾਕ ਹੋ ਸਕਦੇ ਹੈ। ਜਿਵੇਂ ਆਪਾਂ ਐਗਜ਼ਾਮਪਲ ਦੇ ਤੌਰ ਤੇ ਦੇਖੀਏ ਤਾਂ
ਤਾਂ ਗੁਰਪ੍ਰੀਤ ਲਵਸ ਮੈਥਮੈਟਿਕਸ, ਇਹ ਇੱਕ ਕਲੋਜ਼ ਹੈ। ਕੋਆਰਡੀਨੇਟ ਦਾ ਮਤਲਬ ਹੁੰਦਾ ਹੈ ਹੈਲਪ ਕਰਨ ਵਾਲਾ, ਸਹਾਇਕ, ਬਟ ਸਿਮਰਨ ਹੇਟਸ ਇਟ। ਦੋਵੇਂ ਵਾਕ ਜਿਹੜੇ ਹੈ ਉਹ ਵੱਖਰੇ ਵੱਖਰੇ ਹੈ, ਪਰ ਜਦੋਂ ਆਪਾਂ ਇਹਨਾਂ ਵਾਕਾਂ ਨੂੰ ਕਿਸੇ ਕੰਜਕਸ਼ਨ ਦੀ ਸਹਾਇਤਾ ਨਾਲ ਜੋੜ ਦਿੰਦੇ ਹਾਂ ਤਾਂ ਉਹ ਸਾਡਾ ਸੈਂਟੈਂਸ ਬਣ ਜਾਂਦਾ ਹੈ ਕੰਪਾਊਂਡ ਸੈਂਟੈਂਸ। ਜਿਵੇਂ ਗੁਰਪ੍ਰੀਤ ਲਵਸ ਮੈਥਮੈਟਿਕਸ ਬਟ ਸਿਮਰਨ ਹੇਟਸ ਇਟ, ਇਨ ਦਿਸ ਕੰਪਾਊਂਡ ਸੈਂਟੈਂਸ ਟੂ ਕੋਆਰਡੀਨੇਟ ਕਲਾਜ਼ਸ, ਗੁਰਪ੍ਰੀਤ ਲਵਸ ਮੈਥਮੈਟਿਕਸ ਐਂਡ ਸਿਮਰਨ ਹੇਟਸ ਇਟ ਆਰ ਜੁਆਇਨ ਬਾਏ ਦਾ ਕੋਆਰਡੀਨੇਟ ਕੰਜਕਸ਼ਨ ਬਟ। ਤਾਂ ਇਸ ਤਰ੍ਹਾਂ ਆਪਾਂ ਜਾਣਿਆ ਕਿ ਸਿੰਪਲ ਵਾਕ ਅਤੇ ਕੰਪਾਊਂਡ ਸੈਂਟੈਂਸ ਕਿਸ ਤਰ੍ਹਾਂ ਦੇ ਹੁੰਦੇ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਕੰਪਲੈਕਸ ਸੈਂਟੈਂਸ। ਕੰਪਲੈਕਸ ਸੈਂਟੈਂਸ ਕਿਹੜਾ ਹੈ? ਕੰਪਲੈਕਸ ਸੈਂਟੈਂਸ ਨੂੰ ਆਪਾਂ ਮਿਸ਼ਰਿਤ ਵਾਕ ਵੀ ਕਹਿ ਸਕਦੇ ਹਾਂ। ਇਨ ਅ ਕੰਪਲੈਕਸ ਸੈਂਟੈਂਸ ਟੂ ਐਂਡ ਮੋਰ ਦੈਨ ਟੂ ਕਲੋਜ਼ਸ ਹੋ ਸਕਦੇ ਹੈ, ਪਰ ਇਹਦੇ ਵਿੱਚ ਇਹ ਫਰਕ ਹੁੰਦਾ ਹੈ, ਇਹਦੇ ਵਿੱਚ ਇੱਕ ਜਿਹੜਾ ਹੈ ਉਹ ਵਾਕ ਮੇਨ ਕਲੋਜ਼ ਹੁੰਦਾ ਹੈ, ਜਿਸ ਨੂੰ ਆਪਾਂ ਪ੍ਰਿੰਸੀਪਲ ਕਲੋਜ਼ ਵੀ ਕਹਿ ਸਕਦੇ ਹਾਂ, ਜਿਹਦੇ ਵਿੱਚ ਇੱਕ ਮੇਨ ਪਾਰਟ ਹੁੰਦਾ ਹੈ ਨਾ, ਉਸ ਨੂੰ ਆਪਾਂ ਮੇਨ ਕਲੋਜ਼ ਕਵਾਂਗੇ। ਤੇ ਉਸ ਤੋਂ ਬਾਅਦ ਜਿੰਨੇ ਵੀ ਜਿਹੜੇ ਡਿਪੈਂਡੈਂਟ ਕਲੋਜ਼ ਹੈ ਉਹਨਾਂ ਨੂੰ ਆਪਾਂ ਸਬ ਆਰਡੀਨੇਟ ਕਲੋਜ਼ ਕਵਾਂਗੇ। ਇਗਜ਼ਾਮਪਲ ਦੇਖੀਏ, ਆਈ ਨੋ ਅ ਮੈਨ, ਮੈਂ ਇੱਕ ਵਿਅਕਤੀ ਨੂੰ ਜਾਣਦਾ ਹਾਂ ਹੂ ਲਿਵਸ ਇਨ ਕੈਨੇਡਾ, ਜਿਹੜਾ ਕੈਨੇਡਾ ਵਿੱਚ ਰਹਿੰਦਾ ਹੈ। ਤਾਂ ਮੇਨ ਵਾਕ ਕਿਹੜਾ ਹੈ? ਆਈ ਨੋ ਅ ਮੈਨ, ਇਹ ਸਾਡਾ ਜਿਹੜਾ ਹੈ ਇਹ ਪ੍ਰਿੰਸੀਪਲ ਕਲਾਸ ਹੋ ਗਿਆ, ਅਤੇ ਹੂ ਲਵਸ ਜਾਂ ਹੂ ਲਿਵਸ ਇਨ ਕੈਨੇਡਾ, ਇਹ ਸਾਡਾ ਸਬਓਰਡੀਨੇਟ ਕਲੋਜ਼ ਹੋ ਗਿਆ। ਇਸ ਤਰ੍ਹਾਂ ਆਪਾਂ ਦੇਖਦੇ ਹਾਂ ਕਿ ਸਿੰਪਲ ਕੰਪਾਊਂਡ ਅਤੇ ਕੰਪਲੈਕਸ ਸੈਂਟੈਂਸ ਕਿਸ ਤਰ੍ਹਾਂ ਬਣਦੇ ਹੈ। ਆਮ ਤੌਰ ਦੀ ਭਾਸ਼ਾ ਵਿੱਚ ਆਪਾਂ ਕਹਿ ਸਕਦੇ ਹਾਂ ਕਿ ਜਿੰਨੇ ਤਰ੍ਹਾਂ ਦੇ ਵੀ ਆਪਾਂ ਪੈਰਾਗ੍ਰਾਫ ਜਾਂ ਨਿਊਜ਼ਪੇਪਰ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਲਗਾਤਾਰ ਬੋਲ ਕੇ ਲਿਖੀਆਂ ਜਾਂਦੀਆਂ ਹੈ ਉਹ ਸਾਰੇ ਕੰਪਲੈਕਸ ਸੈਂਟੈਂਸ ਹੁੰਦੇ ਹੈ, ਜਿਹੜੇ ਇੱਕ ਦੂਜੇ ਦੇ ਨਾਲ ਜੁੜੇ ਹੁੰਦੇ ਹੈ। ਜਿਵੇਂ ਆਪਣੇ ਆਪਾਂ ਬੋਲਚਾਲ ਭਾਸ਼ਾ ਵਿੱਚ ਜਿੰਨੇ ਵੀ ਵਾਕ ਹਰ ਰੋਜ਼ ਬੋਲਦੇ ਹਾਂ ਉਹ ਸਾਰੇ ਕੰਪਲੈਕਸ ਸੈਂਟੈਂਸ ਹੀ ਹੁੰਦੇ ਹੈ, ਕਿਉਂਕਿ ਉਹ ਇੱਕ ਦੂਜੇ ਨਾਲ ਜੁੜੇ ਹੁੰਦੇ ਹੈ। ਕੰਪਲੈਕਸ ਸੈਂਟੈਂਸ ਦੇ ਵਿੱਚ ਜਿਹੜੇ ਮੇਨ ਵਾਕ ਜਾਂ ਸਬਓਰਡੀਨੇਟ ਵਾਕ ਜਿਹੜਾ ਹੁੰਦਾ ਹੈ ਇਹਨਾਂ ਦੋਵਾਂ ਨੂੰ ਵੱਖਰਾ ਕਰਨ ਤੋਂ ਬਾਅਦ ਇਹਨਾਂ ਦਾ ਮੀਨਿੰਗ ਨਹੀਂ ਬਣਦਾ, ਅਤੇ ਜਦੋਂ ਇਹ ਇਕੱਠੇ ਹੁੰਦੇ ਹੈ ਉਦੋਂ ਹੀ ਆਪਣਾ ਕੰਪਲੀਟ ਮੀਨਿੰਗ ਦਿੰਦੇ ਹੈ। ਦ ਸੈਂਟੈਂਸ ਗਿਵਨ ਅਬਵ ਇਜ਼ ਮੇਡ ਅਪ ਆਫ ਟੂ ਪਾਰਟਸ ਕਲੋਜ਼ਸ।
ਈਚ ਹੈਵਿੰਗ ਅ ਸਬਜੈਕਟ ਐਂਡ ਪ੍ਰੈਡੀਕੇਟ ਆਫ ਇਟਸ ਓਨ। ਇਹਨਾਂ ਦੋਵਾਂ ਵਾਕਾਂ ਵਿੱਚ ਪ੍ਰਿੰਸੀਪਲ ਕਲੋਜ਼ ਐਂਡ ਸਬਓਰਡੀਨੇਟ ਕਲੋਜ਼ ਦੋਵਾਂ ਵਿੱਚ ਆਪਾਂ ਨੂੰ ਇੱਕ ਸਬਜੈਕਟ ਦਿੱਤਾ ਹੋਇਆ ਹੈ, ਦੋਵਾਂ ਦਾ ਵੱਖਰਾ ਵੱਖਰਾ, ਅਤੇ ਦੋਵਾਂ ਲਈ ਵੱਖਰੀ ਵੱਖਰੀ ਵਰਬ ਜਿਹੜੀ ਹੈ ਉਹ ਯੂਜ਼ ਕੀਤੀ ਗਈ ਹੈ। ਇਸ ਨੂੰ ਆਪਾਂ ਹੋਰ ਵਧੀਆ ਤਰੀਕੇ ਨਾਲ ਐਗਜ਼ਾਮਪਲ ਤੋਂ ਸਮਝ ਸਕਦੇ ਹਾਂ। ਆਈ ਨੋ ਅ ਮੈਨ ਹੂ ਲਿਵਸ ਇਨ ਕੈਨੇਡਾ। ਉਸੇ ਤਰ੍ਹਾਂ ਹੀ ਇੱਕ ਐਗਜ਼ਾਮਪਲ ਆਪਾਂ ਜੇ ਹੋਰ ਵੇਖੀਏ ਤਾਂ ਆਈ ਨੋ ਅ ਮੈਨ ਹੂ ਸੈਲਸ ਔਰੇਂਜਸ ਵੇਅਰ ਦ ਟੂ ਰੋਡਸ ਮੀਟ। ਹੁਣ ਇਹਦੇ ਵਿੱਚ ਇੱਕ ਪ੍ਰਿੰਸੀਪਲ ਕਲੋਜ ਲੱਗਿਆ ਹੋਇਆ ਹੈ ਆਈ ਨੋ ਅ ਮੈਨ, ਅਤੇ ਉਸ ਤੋਂ ਬਾਅਦ ਦੋ ਸਬਓਰਡੀਨੇਟ ਕਲੋਜ ਲੱਗੇ ਹੋਏ ਹੈ। ਪਹਿਲਾ ਹੈ ਹੂ ਸੈਲਸ ਔਰੇਂਜਸ, ਮੈਂ ਇੱਕ ਵਿਅਕਤੀ ਨੂੰ ਜਾਣਦਾ ਹਾਂ ਜਿਹੜਾ ਕੀ ਵੇਚਦਾ ਹੈ, ਔਰੇਂਜਸ ਵੇਚਦਾ ਹੈ। ਅਤੇ ਇੱਕ ਵਾਕ ਹੋਰ ਲੱਗਿਆ ਹੋਇਆ ਹੈ, ਕਿੱਥੇ ਵੇਚਦਾ ਹੈ, ਵੇਅਰ ਦ ਟੂ ਰੋਡਸ ਮੀਟ, ਇਹ ਸਬਓਰਡੀਨੇਟ ਕਲੋਜ ਦੂਜਾ ਲੱਗਿਆ ਹੋਇਆ ਹੈ। ਤਾਂ ਇਹਦੇ ਵਿੱਚ ਇੱਕ ਪ੍ਰਿੰਸੀਪਲ ਕਲੋਜ ਲੱਗਿਆ ਹੋਇਆ ਹੈ ਅਤੇ ਦੋ ਸਬਓਰਡੀਨੇਟ ਕਲੋਜ ਲੱਗੇ ਹੋਏ ਹੈ। ਤਾਂ ਇਸ ਤਰ੍ਹਾਂ ਆਪਾਂ ਸਮਝ ਸਕਦੇ ਹਾਂ ਕਿ ਜਿਹੜਾ ਕੰਪਲੈਕਸ ਸੈਂਟੈਂਸ ਹੈ ਇਹਦੇ ਵਿੱਚ ਇੱਕ ਪ੍ਰਿੰਸੀਪਲ ਕਲੋਜ ਅਤੇ ਦੋ ਜਾਂ ਦੋ ਤੋਂ ਵੱਧ ਸਬਓਰਡੀਨੇਟ ਕਲੋਜ ਵੀ ਲੱਗੇ ਹੋ ਸਕਦੇ ਹੈ। ਉਸ ਤੋਂ ਬਾਅਦ ਆਪਾਂ ਦੇਖਦੇ ਹਾਂ ਐਕਸਰਸਾਈਜ਼ ਨੂੰ। ਐਕਸਰਸਾਈਜ਼ ਫਸਟ ਦੇ ਵਿੱਚ ਆਪਾਂ ਨੂੰ ਕੀ ਦਿੱਤਾ ਹੋਇਆ ਹੈ, ਐਕਸਰਸਾਈਜ਼ ਫਸਟ ਦੇ ਵਿੱਚ ਆਪਾਂ ਨੂੰ ਸਪੈਸੀਫਾਈ ਵੈਦਰ ਦ ਫੋਲੋਇੰਗ ਸੈਂਟੈਂਸਿਸ ਆਰ ਸਿੰਪਲ ਔਰ ਕੰਪਲੈਕਸ। ਆਪਾਂ ਇਹ ਜਾਣਨਾ ਹੈ ਕਿ ਹੇਠ ਲਿਖੇ ਵਾਕ ਜਿਹੜੇ ਹੈ ਉਹ ਸਿੰਪਲ ਸੈਂਟੈਂਸ ਹੈ ਜਾਂ ਫਿਰ ਕੰਪਲੈਕਸ ਸੈਂਟੈਂਸ ਹੈ। ਸਿੰਪਲ ਵਾਕ ਅਤੇ ਕੰਪਲੈਕਸ ਸੈਂਟੈਂਸ ਦੇ ਵਿੱਚ ਇਹ ਕੀ ਅੰਤਰ ਹੋ ਸਕਦਾ ਹੈ, ਇਹ ਆਪਾਂ ਨੂੰ ਪਤਾ ਹੈ ਕਿ ਸਿੰਪਲ ਵਾਕ ਜਿਹੜਾ ਹੈ ਉਹ ਕੀ ਹੋਵੇਗਾ, ਉਹ ਬਿਲਕੁਲ ਉਹਦੇ ਵਿੱਚ ਇੱਕ ਸਬਜੈਕਟ ਅਤੇ ਇੱਕ ਪ੍ਰੈਡੀਕੇਟ ਵਰਬ ਹੋਵੇਗੀ, ਜਦਕਿ ਕੰਪਲੈਕਸ ਵਾਕ ਦੇ ਵਿੱਚ ਇੱਕ ਮੇਨ ਕਲਾਸ ਹੋਵੇਗਾ ਅਤੇ ਦੋ ਜਾਂ ਦੋ ਤੋਂ ਵੱਧ ਸਬਓਰਡੀਨੇਟ ਕਲੋਜ਼ ਹੋਣਗੇ। ਹੁਣ ਪਹਿਲਾ ਸੈਂਟੈਂਸ ਦੇਖਦੇ ਹਾਂ ਆਪਾਂ, ਗੋਟ ਹੈਲਪ ਦੋਜ਼ ਹੂ ਹੈਲਪ ਦੈਮਸੈਲਵਸ, ਪਰਮਾਤਮਾ ਉਹਨਾਂ ਦੀ ਸਹਾਇਤਾ ਕਰਦੇ ਹਨ ਜਿਹੜਾ ਆਪਣੀ ਸਹਾਇਤਾ ਆਪਣੇ ਆਪ ਕਰੇ। ਇਹ ਕੀ ਹੈ ਸਾਡਾ, ਇਹ ਕੰਪਲੈਕਸ ਸੈਂਟੈਂਸ ਹੈ। ਕਿਹੜਾ ਸੈਂਟੈਂਸ ਹੈ, ਇਹ ਕੰਪਲੈਕਸ ਸੈਂਟੈਂਸ ਹੈ ਕਿਉਂਕਿ ਇਹਦੇ ਵਿੱਚ ਜਿਹੜਾ ਕਲੋਜ ਜੁੜਿਆ ਹੋਇਆ ਹੈ, ਸਬਓਰਡੀਨੇਟ ਜੁੜਿਆ ਹੋਇਆ, ਇਸ ਕਰਕੇ ਕੰਪਲੈਕਸ ਸੈਂਟੈਂਸ ਬਣ ਗਿਆ। ਦ ਟੀਚਰ ਸੈਡ ਦੈਟ ਦ ਅਰਥ ਮੂਵਸ ਅਰਾਊਂਡ ਦ ਸਨ, ਟੀਚਰ ਨੇ ਕਿਹਾ ਇਹਦੇ ਵਿੱਚ ਟੀਚਰ ਕਹਿਣ ਵਾਲਾ ਮੇਨ ਕਲੋਜ ਹੋ ਗਿਆ ਐਂਡ ਜਿਹੜਾ ਸਬਓਰਡੀਨੇਟ ਕਲੋਜ ਜੁੜਿਆ ਹੋਇਆ ਹੈ ਆ, ਇਸ ਕਰਕੇ ਇਹ ਕੰਪਲੈਕਸ ਸੈਂਟੈਂਸ ਹੈ। ਉਸ ਤੋਂ ਬਾਅਦ ਦ ਬੋਏ ਸਟੈਂਡਿੰਗ ਅੰਡਰ ਦ ਟ੍ਰੀ ਵੋਕਸ ਵੈਰੀ ਹਾਰਡ, ਇਹ ਵੀ ਕੀ ਹੈ,
ਇਹਦੇ ਵਿੱਚ ਮੇਨ ਵਾਕ ਕਿਹੜਾ ਹੈ? ਇਹਦੇ ਵਿੱਚ ਮੇਨ ਵਾਕ ਹੈ ਦ ਬੋਏ ਵਰਕਸ ਵੈਰੀ ਹਾਰਡ, ਇਹ ਮੇਨ ਵਾਕ ਹੈ। ਆਹ ਜਿਹੜਾ ਇਹਦੇ ਨਾਲ ਲੱਗਿਆ ਹੋਇਆ ਹੈ, ਇਹ ਇੱਕ ਕਲੋਜ਼ ਲੱਗਿਆ ਹੈ, ਇਸ ਕਰਕੇ ਇਹ ਕੰਪਲੈਕਸ ਸੈਂਟੈਂਸ ਹੈ, ਇਹ ਵੀ ਕੰਪਲੈਕਸ ਸੈਂਟੈਂਸ ਹੈ। ਵੈਨ ਇਟ ਰੇਨਸ ਵੀ ਡੋਂਟ ਪਲੇ, ਜਦੋਂ ਜਦੋਂ ਮੀਂਹ ਪੈਂਦਾ ਹੈ ਅਸੀਂ ਨਹੀਂ ਖੇਡਦੇ, ਇਹ ਕਲੋਜ਼ ਲੱਗਿਆ ਹੈ। ਕਿ ਮੇਨ ਵਾਕ ਆਪਣਾ ਕਿਹੜਾ ਹੋ ਗਿਆ? ਆ ਮੇਨ ਵਾਕ ਹੋ ਗਿਆ ਵੀ ਡੋਂਟ ਪਲੇ, ਇਹ ਵੀ ਕੰਪਲੈਕਸ ਸੈਂਟੈਂਸ ਹੈ। ਦ ਡਾਕਟਰ ਐਡਵਾਈਸਡ ਦ ਪੈਸੈਂਟ ਟੂ ਗਿਵ ਅਪ ਡਰਿੰਕਿੰਗ, ਇਹ ਕੀ ਹੈ? ਇਹ ਆਪਣਾ ਬਿਲਕੁਲ ਸਿੰਪਲ ਵਾਕ ਹੈ, ਇਹ ਸਿੰਪਲ ਵਾਕ ਹੈ। ਕਿਉਂ? ਕਿਉਂਕਿ ਇਹਦੇ 'ਚ ਮੇਨ ਸਬਜੈਕਟ ਡਾਕਟਰ ਹੈ, ਉਸਨੇ ਐਡਵਾਈਸ ਕੀਤਾ ਕਿਸ ਨੂੰ? ਪੇਸ਼ੈਂਟ ਨੂੰ। ਸ਼ੀ ਵੈਂਟ ਟੂ ਦ ਡਾਕਟਰ ਬਿਕੋਜ਼ ਸ਼ੀ ਹੈਡ ਪੇਨ ਇਨ ਹਰ ਸਟੋਮਕ, ਇਹ ਕੰਪਲੈਕਸ ਸੈਂਟੈਂਸ ਹੈ, ਕਿਉਂਕਿ ਇਹ ਕੰਜਕਸ਼ਨ ਦੇ ਨਾਲ ਜੁੜਿਆ ਹੋਇਆ ਹੈ। ਸ਼ੀ ਵੈਂਟ ਟੂ ਡਾਕਟਰ, ਡਾਕਟਰ ਕੋਲ ਗਈ, ਕਿਉਂ ਗਈ? ਇਹ ਕਾਰਨ ਦਿੱਤਾ ਹੋਇਆ ਹੈ, ਕਿਉਂਕਿ ਆਹ ਜਿਹੜਾ ਸਬ ਓਰਡੀਨਡ ਕਲੋਜ ਹੈ, ਇਹ ਬੇਟਾ ਇਹਦੇ ਉੱਤੇ ਡਿਪੈਂਡੈਂਟ ਹੈ, ਇਸ ਕਰਕੇ ਇਹ ਕੰਪਲੈਕਸ ਸੈਂਟੈਂਸ ਹੋ ਗਿਆ। ਸ਼ੀ ਵਰਕਡ ਹਾਰਡ ਸੋ ਦੈਟ ਸ਼ੀ ਕੁਡ ਟੌਪ ਦ ਲਿਸਟ, ਇਹਦੇ ਵਿੱਚ ਵੀ ਆਹ ਕਲੋਜ ਲੱਗਿਆ ਹੋਇਆ ਹੈ ਅਤੇ ਇਹ ਮੇਨ ਕਲੋਜ ਹੋ ਗਿਆ, ਇਸ ਕਰਕੇ ਇਹ ਵੀ ਕੰਪਲੈਕਸ ਸੈਂਟੈਂਸ ਹੈ। ਦੇਅਰ ਆਰ 7 ਡੇਜ਼ ਇਨ ਅ ਵੀਕ, ਇਹ ਬਿਲਕੁਲ ਸਿੰਪਲ ਵਾਕ ਹੈ, ਇਹਦੇ 'ਚ ਇੱਕ ਸਬਜੈਕਟ ਅਤੇ ਇੱਕ ਪ੍ਰੈਡੀਕੇਟ ਵਰਬ ਲੱਗੀ ਹੋਈ ਹੈ। ਆਲ ਦ ਗੁੱਡ ਸਟੂਡੈਂਟਸ ਇਨ ਆਰ ਸਕੂਲ ਟਾਕ ਇਨ ਇੰਗਲਿਸ਼, ਇਹ ਬਿਲਕੁਲ ਸਿੰਪਲ ਵਾਕ ਹੈ। ਆਲ ਦ ਗੁੱਡ ਟੀਚਰ ਹੂ ਟੀਚਰਸ ਟਾਕ ਇਨ ਪੰਜਾਬੀ, ਹੁਣ ਇਹਦੇ 'ਚ ਕੀ ਫਰਕ ਹੈ? ਇਹਦੇ ਵਿੱਚ ਇੱਕ ਕਲੋਜ਼ ਲੱਗਿਆ ਹੈ, ਆਹ ਕਲੋਜ਼ ਲੱਗਿਆ, ਇੱਥੇ ਉਪਵਾਕ ਲੱਗ ਗਿਆ, ਇਸ ਕਰਕੇ ਇਹ ਕੰਪਲੈਕਸ ਸੈਂਟੈਂਸ ਬਣਦੇ। ਇਸ ਤਰ੍ਹਾਂ ਬੇਟੇ ਅੱਜ ਆਪਾਂ ਜਾਣਿਆ ਕਿ ਸਿੰਪਲ, ਕੰਪਾਊਂਡ ਅਤੇ ਕੰਪਲੈਕਸ ਸੈਂਟੈਂਸ ਦੇ ਵਿੱਚ ਕੀ ਅੰਤਰ ਹੈ। ਉਸ ਤੋਂ ਬਾਅਦ ਆਪਾਂ ਜਿਹੜੇ ਕੰਪਲੈਕਸ ਸੈਂਟੈਂਸ ਹੈ, ਕੰਪਲੈਕਸ ਸੈਂਟੈਂਸ ਦੇ ਵਿੱਚ ਜਿਹੜੇ ਉਪਵਾਕ ਲੱਗਦੇ ਹੈ, ਕਲੋਜ਼ ਲੱਗਦੇ ਹੈ, ਸਬਓਰਡੀਨੇਟ ਕਲੋਜ਼ ਲੱਗਦੇ ਹੈ, ਉਹ ਕਿੰਨੇ ਤਰ੍ਹਾਂ ਦੇ ਹੁੰਦੇ ਹੈ? ਉਹ ਕਿੰਨੇ ਤਰ੍ਹਾਂ ਦੇ ਹੋ ਸਕਦੇ ਹੈ? ਉਹ 3 ਤਰ੍ਹਾਂ ਦੇ ਹੋ ਸਕਦੇ ਹੈ ਬੇਟਾ, ਤੇ ਆਪਾਂ ਦੇਖਦੇ ਹਾਂ ਉਹ ਕਿਹੜੇ ਕਿਹੜੇ ਹੋ ਸਕਦੇ ਹੈ। ਬਹੁਤ ਆਸਾਨ ਹੈ, ਜਦੋਂ ਆਪਾਂ ਗ੍ਰੈਮਰ ਨੂੰ ਧਿਆਨ ਨਾਲ ਦੇਖਦੇ ਹਾਂ, ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਹੈ। ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਨਾਊਨ ਕਲੋਜ਼, ਐਡਜੈਕਟਿਵ ਕਲੋਜ਼ ਐਂਡ ਐਡਵਰਬ ਕਲੋਜ਼। ਨਾਊਨ ਕਲੋਜ਼ ਕਿਹੜਾ ਹੁੰਦਾ ਹੈ? ਅ ਨਾਊਨ ਕਲੋਜ਼ ਫੰਕਸ਼ਨਸ ਐਜ ਅ ਨਾਊਨ ਇਨ ਅ ਕੰਪਲੈਕਸ ਸੈਂਟੈਂਸ, ਨਾਊਨ ਦਾ ਕੰਮ ਕਰਦਾ ਹੈ।
ਐਡਜੈਕਟਿਵ ਕਲੋਜ਼ ਜਿਹੜਾ ਹੈ ਉਹ ਐਡਜੈਕਟਿਵ ਦਾ ਕੰਮ ਕਰਦਾ ਹੈ ਅਤੇ ਐਡਵਰਬ ਕਲੋਜ਼ ਜਿਹੜਾ ਹੈ ਉਹ ਐਡਵਰਬ ਦਾ ਕੰਮ ਕਰਦਾ ਹੈ। ਅਤੇ ਇਹ ਸਾਰੇ ਕਲੋਜ਼ ਜਿਹੜੇ ਹੈ ਮੇਨ ਕਲੋਜ਼ ਦੇ ਨਾਲ ਆ ਕੇ ਉਸ ਦਾ ਮੀਨਿੰਗ ਨੂੰ ਕਲੀਅਰ ਕਰ ਦਿੰਦੇ ਹੈ। ਵੈਲ ਸਟੂਡੈਂਟਸ, ਉਮੀਦ ਹੈ ਅੱਜ ਤੁਹਾਨੂੰ ਸਿੰਪਲ, ਕੰਪਾਊਂਡ ਅਤੇ ਕੰਪਲੈਕਸ ਸੈਂਟੈਂਸ ਅਤੇ ਸਬ ਆਰਡੀਨੇਟ ਕਲੋਜ਼ ਦੇ ਟਾਈਪਸ ਕਿੰਨੇ ਨੇ ਇਹ ਚੀਜ਼ਾਂ ਕਲੀਅਰ ਹੋ ਗਈਆਂ ਹੋਣਗੀਆਂ। ਉਮੀਦ ਹੈ ਤੁਸੀਂ ਪ੍ਰੈਕਟਿਸ ਕਰੋਗੇ ਅਤੇ ਇਹਨਾਂ ਦੀ ਐਕਸਰਸਾਈਜ਼ ਕਰੋ ਤਾਂ ਕਿ ਤੁਹਾਨੂੰ ਹੋਰ ਵਧੀਆ ਤਰੀਕੇ ਨਾਲ ਇਹ ਚੀਜ਼ਾਂ ਸਮਝ ਆ ਜਾਣ। ਥੈਂਕ ਯੂ।